ਬਾਅਦ ਚ ਪੁੱਛ ਲਿਓ ਮੈਂ ਕੋਈ ਤਾਂ ਬਰੀਫ ਸੋ ਅੱਜ ਮੈਂ ਲੁਧਿਆਣੇ ਸ਼ਹਿਰ ਚ ਆਇਆ ਸੋ ਜਿਹੜੀ ਇੱਥੇ ਬੜੀ ਵੱਡੀ ਤੇ ਬੜੀ ਪੁਰਾਣੀ ਮੁਸ਼ਕਲ ਲੋਕਾਂ ਨੂੰ ਆ ਰਹੀ ਹੈ ਪੋਲਿਊਸ਼ਨ ਦੀ ਇੱਥੇ ਬੁੱਢਾ ਨਾਲਾ ਜਿਹਦੇ 'ਚ ਬੜਾ ਪੋਲਿਊਟਡ ਪਾਣੀ ਜਾ ਰਿਹਾ ਚਾਹੇ ਉਹ ਕਾਰਪੋਰੇਸ਼ਨ ਦਾ ਹੈ ਚਾਹੇ ਉਹ ਇੰਡਸਟਰੀ ਦਾ ਸੋ ਅਸੀਂ ਮੈਂ ਅੱਜ ਇੱਥੇ ਆਇਆ ਸਾਰੇ ਅਫਸਰ ਸਮਾਨ ਨੂੰ ਨਾਲ ਲੈ ਕੇ ਆਪਣਿਆਂ ਨੂੰ ਕਿ ਅਸੀਂ ਬੁੱਢੇ ਨਾਲੇ 'ਤੇ ਵੀ ਜਾਣਾ ਉਹ ਵੀ ਸਾਰਾ ਚੈੱਕ ਕਰਨਾ ਅਤੇ ਉਹ ਜਿਹੜੀ ਸਮੱਸਿਆ ਉਹਦੇ ਹੱਲ ਲਈ ਵੀ ਅਸੀਂ ਕੋਈ ਪ੍ਰਯਾਸ ਕਰਦੇ ਨੇ ਕਿਉਂਕਿ ਸਰਕਾਰ ਦੀ ਸਾਡੇ CM ਸਾਹਿਬ ਦੀ ਇਹੋ ਮੰਸ਼ਾ ਕਿ ਬੁੱਢਾ ਨਾਲਾ ਜਿਹੜਾ ਜਿਹਦੇ 'ਚ ਬਹੁਤ ਪੋਲਿਊਸ਼ਨ ਬਣਦਾ ਸੋ ਇਹਦੀ ਰੋਕ ਲਈ ਕੁਛ ਨਾ ਕੁਛ ਜ਼ਰੂਰ ਕਰੀਏ ਸੋ ਉਹਨਾਂ ਦਾ ਵੀ ਹੁਕਮ ਸੀ ਸੋ ਮੈਂ ਅੱਜ ਆਇਆ ਮੇਰੇ ਨਾਲ ਅੱਜ ਵੀ ਬੈਠੇ ਸਾਰੇ ਇੱਥੋਂ ਦੇ MLA ਮੇਅਰ ਸਾਹਿਬ ਸਾਰੇ ਇੱਥੇ ਬੈਠੇ ਨੇ ਸੋ ਅਸੀਂ ਅੱਜ ਉੱਥੇ ਜਾ ਰਹੇ ਹਾਂ ਉਹਦਾ ਕੋਈ ਹੱਲ ਕੱਢਣ ਲਈ ਮੈਨੂੰ ਪਹਿਲਾਂ ਤੇ ਪਤਾ ਨਹੀਂ ਕਿ ਅੱਜ ਤੋਂ 20 ਸਾਲ ਪਹਿਲਾਂ ਕੀ ਹੋਇਆ ਸੋ ਮੈਨੂੰ 1.5 ਮਹੀਨਾ ਹੋਇਆ ਮੈਂ ਇਹ ਚਾਰਜ ਸੰਭਾਲਿਆ ਇਹ ਜਿਹੜਾ ਇਨਵਾਇਰਮੈਂਟ ਦਾ ਡਿਪਾਰਟਮੈਂਟ ਜਿਹੜਾ ਕੈਪਟਨ ਸਾਹਿਬ ਨੇ ਮੈਨੂੰ ਦਿੱਤਾ ਸੋ ਮੇਰੀ ਇਹ ਕੋਸ਼ਿਸ਼ ਆ ਕਿਉਂਕਿ ਉਹਨਾਂ ਦੀ ਸੋਚ ਆ ਕਿ ਪੰਜਾਬ ਨੂੰ ਪੋਲਿਊਸ਼ਨ ਮੁਕਤ ਕਰਨਾ ਉਹ ਤਾਂ ਹੀ ਹੋ ਸਕਦਾ ਜੇ ਅਸੀਂ ਆਪਣੇ ਸ਼ਹਿਰਾਂ ਦੀ ਜਿਹੜੀ ਵੱਡੀ ਸਮੱਸਿਆ ਜਿਸ ਤਰ੍ਹਾਂ ਇੱਥੇ ਬੁੱਢੇ ਨਾਲੇ ਦੀ ਸਮੱਸਿਆ ਸੋ ਇੱਥੇ ਇੰਡਸਟਰੀ ਬਹੁਤ ਆ ਲੁਧਿਆਣੇ 'ਚ ਉਹਦੀ ਇਸ ਗੱਲ ਦੀ ਸਮੱਸਿਆ ਕਿ ਉਹਦਾ ਪੋਲਿਊਟਡ ਪਾਣੀ ਜਿਹੜਾ ਕਈ ਤਾਂ ਆਪਣੇ ਟ੍ਰੀਟਮੈਂਟ ਪਲਾਂਟ ਚਲਾ ਰਹੇ ਨੇ ਕਈ ਹੁਣੇ ਮੈਨੂੰ ਸ਼ਿਕਾਇਤ ਮਿਲੀ ਆ ਹੁਣੇ ਕਹਿ ਰਹੇ ਸੀ ਮੀਟਿੰਗ 'ਚ ਕਿ ਕਈ ਟਾਇਰ ਬਾਲਦੇ ਨੇ ਲੱਕੜ ਬਾਲਦੇ ਇੰਡਸਟਰੀ ਹੋਈ ਉਹਦੇ 'ਤੇ ਵੀ ਐਕਸ਼ਨ ਲੈਣਾ ਅਸੀਂ ਨਹੀਂ ਚਾਹੁੰਦੇ ਸਾਡੀ ਕੋਈ ਪੰਜਾਬ ਦੀ ਇੰਡਸਟਰੀ ਬੰਦ ਹੋਵੇ ਪਰ ਇੰਡਸਟਰੀ ਵਾਲਿਆਂ ਦਾ ਫਰਜ਼ ਬਣਦਾ ਆਪਣੇ ਨੋਰਮ ਪੂਰੇ ਕਰਕੇ ਆਪਣੀ ਇੰਡਸਟਰੀ ਚਲਾਉਣ ਸੋ ਅੱਜ ਮੈਂ ਅਫਸਰਾਂ ਨੂੰ ਕਹਿ ਦਿੱਤਾ ਕਿ ਜਿਹੜਾ ਵਾਇਲੇਸ਼ਨ ਕਰਦਾ ਉਹਦੇ 'ਤੇ ਸਖ਼ਤ ਐਕਸ਼ਨ ਲਿਆ ਜਾਵੇ ਮੈਂ ਟ੍ਰੀਟਮੈਂਟ ਪਲਾਨ ਵਾਟਰ ਟ੍ਰੀਟਮੈਂਟ ਪਲਾਨ ਵਾਸਤੇ ਕਹਿ ਦਿੱਤਾ ਉਹ ਸਾਡੇ MLA ਮੈਂ ਤਾਂ 1 ਮਹੀਨੇ ਦਾ ਕਿਹਾ ਸੀ ਪਰ MLA ਸਮਾਨ ਕਹਿਣ ਲੱਗੇ ਵੀ ਸਾਨੂੰ ਟਾਈਮ ਥੋੜ੍ਹਾ ਦੇ ਦਿਓ ਸੋ ਮੈਂ ਚੇਅਰਮੈਨ ਸਾਹਿਬ ਨੂੰ ਕਹਿ ਦਿੱਤਾ ਕਿ 2 ਮਹੀਨੇ ਜਿਹੜੇ ਨੇ ਇਹਨਾਂ ਨੂੰ ਦੇ ਦਿਓ 2 ਮਹੀਨਿਆਂ ਦੇ ਵਿੱਚ ਜਿਹੜੀ ਇੰਡਸਟਰੀ ਆਪਣਾ ਵਾਟਰ ਟ੍ਰੀਟਮੈਂਟ ਪਲਾਂਟ ਨਹੀਂ ਲਾਏਗੀ ਨਾ ਚਲਾਏਗੀ ਉਹਦੇ 'ਤੇ ਸਖ਼ਤ ਐਕਸ਼ਨ ਲਿਆ ਜਾਏਗਾ ਦੇਖੋ ਮੈਂ ਇਸੇ ਕਰਕੇ ਇੱਥੇ ਆਇਆ CM ਸਾਹਿਬ ਨੇ ਇੱਕ ਪੰਜਾਬ ਦੀ ਹਾਈ ਪਾਵਰ ਕਮੇਟੀ ਬਣਾ ਦਿੱਤੀ ਉਹਦੇ 'ਚ ਸਾਰਿਆਂ ਮਹਿਕਮੇ ਜਿਹੜੀ 10-12 ਡਿਪਾਰਟਮੈਂਟ ਨੇ ਜਿਹੜੇ ਕੰਸਰਨ ਡਿਪਾਰਟਮੈਂਟ ਨੇ ਉਹ ਸਾਰਿਆਂ ਦੀ ਇੱਕ ਕਮੇਟੀ ਬਣਾ ਦਿੱਤੀ ਉਹਦੀ ਸੇਵਾ ਬਤੌਰ ਚੇਅਰਮੈਨ ਮੇਰੇ ਕੋਲ ਆ ਮੈਂ ਉਸ ਕਰਕੇ ਵੀ ਆਇਆ ਕਿਉਂਕਿ ਅਸੀਂ ਮਗਰੋਂ ਉੱਥੇ ਚੰਡੀਗੜ੍ਹ ਮੀਟਿੰਗ ਕਰਨੀ ਆ ਸਾਰੇ ਡਿਪਾਰਟਮੈਂਟ 'ਚ ਉਹਦੇ 'ਚ ਮਿਨਿਸਟਰ ਸਾਹਿਬਾਨ ਵੀ ਨੇ ਸੈਕਟਰੀ ਸਾਹਿਬਾਨ ਵੀ ਸਾਰਿਆਂ ਦੀ ਮੀਟਿੰਗ ਉੱਥੇ ਜਾ ਕੇ ਅਸੀਂ ਫਿਰ ਕਰਨੀ ਆ ਪਹਿਲਾਂ ਮੈਂ ਚੈੱਕ ਕਰਨ ਆਪ ਆਇਆ ਸੀ ਕਿ ਕੀ ਉੱਥੇ ਜਾ ਕੇ ਅਸੀਂ ਇਸ ਨਾਲੇ ਵਾਸਤੇ ਕੀ ਪਲੈਨਿੰਗ ਕਰਨੀ ਆ ਸੋ ਉਹ ਕਮੇਟੀ CM ਸਾਹਿਬ ਬੜੇ ਚਿੰਤਤ ਨੇ ਪੋਲਿਊਸ਼ਨ ਨੂੰ ਲੈ ਕੇ ਸੋ ਜਿੰਨਾ ਚਿਰ ਸਾਡੇ ਪੰਜਾਬੀਆਂ ਦੀ ਹੈਲਥ ਠੀਕ ਨਹੀਂ ਸਾਡਾ ਵਾਤਾਵਰਨ ਠੀਕ ਨਹੀਂ ਉਹਨਾਂ ਚਿਰ ਵੀ ਸਾਡੇ ਬੱਚੇ ਜਿਹੜੇ ਨੇ ਚੰਗੀ ਐਜੂਕੇਸ਼ਨ ਵੀ ਨਹੀਂ ਲੈ ਸਕਦੇ ਸੋ ਇਸ ਕਰਕੇ 2 ਡਿਪਾਰਟਮੈਂਟ ਜਿਹੜੇ ਨੇ ਉਹ ਬਹੁਤ ਜ਼ਰੂਰੀ ਹੈ ਅਹਿਮ ਡਿਪਾਰਟਮੈਂਟ ਨੇ ਜਿਹੜੇ ਇੱਕ ਐਜੂਕੇਸ਼ਨ ਦਾ ਇੱਕ ਇਨਵਾਇਰਮੈਂਟ ਦਾ ਤੀਜਾ ਹੈਲਥ ਦਾ 2 ਤਾਂ ਮੇਰੇ ਕੋਲ ਹੀ ਨੇ ਇਨਵਾਇਰਮੈਂਟ ਦਾ ਮੇਰੇ ਕੋਲ ਹੈ ਐਜੂਕੇਸ਼ਨ ਦਾ ਮੇਰੇ ਕੋਲ ਹੈ ਤੀਸਰਾ ਹੈਲਥ ਦਾ ਸੋ CM ਸਾਹਿਬ ਸਾਡੇ ਉਹਨਾਂ ਦੀ ਇਹੋ ਸੋਚ ਹੈ ਕਿ 3 ਡਿਪਾਰਟਮੈਂਟ ਜਿਹੜੇ ਨੇ ਇਹਨਾਂ ਨੂੰ ਸਭ ਤੋਂ ਪਹਿਲਾਂ ਕੰਮ ਕਰਨ ਦੀ ਜ਼ਰੂਰਤ ਹੈ ਸੋ ਇਹਦੇ ਵਾਸਤੇ ਫੰਡ ਵੀ ਜਿਹੜੇ ਨੇ ਉਹ ਵੀ ਉਹਦਾ ਵੀ ਅਰੇਂਜਮੈਂਟ ਜਿਹੜਾ ਉਹ ਸਰਕਾਰ ਕਰਦੀ ਹੈ ਉਹਦੇ ਅਰੇਂਜਮੈਂਟ ਵਾਸਤੇ ਵੀ ਅਸੀਂ CM ਸਾਹਿਬ ਦੂਜੇ ਡਿਪਾਰਟਮੈਂਟ 'ਚੋਂ ਕੱਟ ਲਾਉਣ ਇਹਨਾਂ ਜਿਹੜੇ ਡਿਪਾਰਟਮੈਂਟ ਨੇ ਖਾਸ ਕਰਕੇ ਪੋਲਿਊਸ਼ਨ ਹੈਲਥ ਅਤੇ ਐਜੂਕੇਸ਼ਨ ਇਹਨਾਂ ਤਿੰਨਾਂ ਵੱਲ ਜ਼ਿਆਦਾ CM ਸਾਹਿਬ ਦਾ ਹੁਣ ਧਿਆਨ ਹੈ ਦੇਖੋ ਵੇਖੋ ਪਹਿਲਾਂ ਸਾਰਾ ਵੇਖ ਲਈਏ ਜੋ ਪਿੱਛੇ ਵੇਖੋ ਗੱਲ ਆ ਪਹਿਲਾਂ ਤਾਂ ਸਾਨੂੰ ਇਹ ਵੇਖਣ ਦੀ ਲੋੜ ਆ ਕਿ ਉਹ ਪੋਲਿਊਟਡ ਕਿਉਂ ਹੋ ਰਿਹਾ ਉਹਦੇ 'ਚ ਪਾਣੀ ਗੰਦਾ ਕਿੱਥੋਂ ਆ ਰਿਹਾ ਕਾਰਪੋਰੇਸ਼ਨ ਦਾ ਜ਼ਿਆਦਾ ਆ ਰਿਹਾ ਇੰਡਸਟਰੀ ਦਾ ਜ਼ਿਆਦਾ ਆ ਰਿਹਾ ਸੋ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਪੋਲਿਊਸ਼ਨ ਨੂੰ ਕੰਟਰੋਲ ਕਰਨ ਲਈ ਆਪਣੇ ਫਰਜ਼ ਜਿਹੜੇ ਨੇ ਉਹ ਪੂਰੇ ਕਰੀਏ ਸੋ ਹੁਣ 90% ਕਾਰਪੋਰੇਸ਼ਨ ਦਾ ਪਾਣੀ ਵੀ ਉੱਥੇ ਜਾ ਰਿਹਾ
ਸਾਰਾ ਪਾਣੀ ਜਿਹੜਾ ਸ਼ਾਇਦ ਉਹ ਅਜੇ ਸਾਡੇ ਐਸ ਟੀ ਪੀ ਪਲਾਂਟ ਵੀ ਨਹੀਂ ਚੱਲੇ ਮੈਨੂੰ ਦੱਸ ਰਹੇ ਨੇ। ਸੋ ਸਾਨੂੰ ਪਹਿਲਾਂ ਕਾਰਪੋਰੇਸ਼ਨ ਨੂੰ ਹੀ, ਕਿਉਂਕਿ ਕਾਰਪੋਰੇਸ਼ਨ ਸ਼ਹਿਰ ਦੀ ਸਰਕਾਰ ਆ, ਲੋਕਲ ਸੈਲਫ ਗੌਰਮੈਂਟ ਆ, ਇਹਦੀਆਂ ਆਪਣੀਆਂ ਪਾਵਰਾਂ ਨਾਲ ਆਪਣਾ ਇਹਨਾਂ ਦਾ ਹਾਊਸ ਆ, ਇਹਦਾ ਫੈਸਲਾ ਜਿਹੜੇ ਮੇਅਰ ਸਾਹਿਬ ਬੈਠੇ ਨੇ ਇਹਨਾਂ ਦੇ ਕੌਂਸਲਰ ਨੇ, ਜੋ ਇਹਨਾਂ ਹਾਊਸ 'ਚ ਕਰਨਾ ਉਹਨੂੰ ਕੋਈ ਰੋਕ ਨਹੀਂ ਸਕਦਾ, ਇਹ ਸਰਕਾਰ ਹੈ ਇੱਕ ਤਰ੍ਹਾਂ ਦੀ। ਸੋ ਇਹਨਾਂ ਦਾ ਫਰਜ਼ ਬਣਦਾ ਆਪਣੇ ਬਜਟ ਤੋਂ, ਇਹਨਾਂ ਦਾ ਆਪਣਾ ਬੜਾ ਬਜਟ ਆ, ਆਪਣਾ ਹਾਊਸ ਆ, ਸੋ ਇਹਨਾਂ ਦਾ ਵੀ ਫਰਜ਼ ਬਣਦਾ ਕਿ ਜਿਹੜਾ ਆਪਣਾ ਪਾਣੀ ਉਹਨੂੰ ਟ੍ਰੀਟਮੈਂਟ ਕਰਕੇ ਪਾਣੀ ਨੂੰ ਨਾਲੇ 'ਚ ਪਾਉਣ। ਸੋ ਦੂਜਾ ਇੰਡਸਟਰੀ ਨੇ, ਸਾਡੀ ਇੰਡਸਟਰੀ ਲੁਧਿਆਣੇ 'ਚ ਬਹੁਤ ਆ, ਇੰਡਸਟਰੀ ਦਾ ਵੀ ਫਰਜ਼ ਬਣਦਾ ਕਿ ਆਪਣੇ ਵਾਟਰ ਟ੍ਰੀਟਮੈਂਟ ਪਲਾਂਟ ਚਲਾਉਣ, ਸਾਫ਼ ਸੁਥਰਾ ਪਾਣੀ ਜਿਹੜਾ ਉਹ ਉੱਥੇ ਭੇਜਣ। ਸੋ ਜੇ ਲੋਕਾਂ ਦਾ ਵੀ ਉਹਦੇ ਨਾਲ ਨਾਲ ਲੋਕਾਂ ਦਾ ਵੀ ਬੜਾ ਵੱਡੇ ਸਹਿਯੋਗ ਦੀ ਲੋੜ ਹੈ। ਹੁਣ ਵੇਖੋ ਲੋਕਾਂ ਦੇ ਵੀ ਫਰਜ਼ ਬਣਦੇ ਨੇ, ਸਾਰੇ ਅਸੀਂ ਕਹਿੰਦੇ ਹਾਂ ਵੀ ਸਰਕਾਰਾਂ ਹੀ ਕਰਨ, ਹੁਣ ਜੇ ਅਸੀਂ ਘਰ ਦਾ ਗੰਦ ਹੀ ਇਕੱਠਾ ਕਰਕੇ ਉਹ ਨਾਲੇ 'ਚ ਸੁੱਟੀ ਦਈਏ ਉਹ ਵੀ ਠੀਕ ਨਹੀਂ ਨਾ। ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ, ਚਾਹੇ ਪਬਲਿਕ ਆ, ਚਾਹੇ ਸਰਕਾਰ ਆ, ਚਾਹੇ ਕਾਰਪੋਰੇਸ਼ਨ ਆ, ਚਾਹੇ ਸਾਡੀ ਇੰਡਸਟਰੀ, ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ। ਜੇ ਅਸੀਂ ਸਾਰੇ ਆਪਣੀ ਜ਼ਿੰਮੇਵਾਰੀ ਪਛਾਣਾਂਗੇ ਤਾਂ ਮੈਨੂੰ ਇਹਦਾ ਸਾਡਾ ਸਿਸਟਮ ਠੀਕ ਹੋ ਜਾਵੇਗਾ। ਸੀ ਟੀ ਪੀ ਦਾ ਪਲਾਂਟ ਜਿਹੜਾ ਡਾਈਂਗ ਲੈਣਾ ਆਪਣਾ ਸੈਂਟਰ ਦਾ ਪੈਸਾ ਆ ਚੁੱਕਾ ਜੀ, ਜਿਹੜਾ ਗਵਰਨਮੈਂਟ ਦੇ ਡੇਢ ਕਰੋੜ ਸਬਸਿਡੀ ਉਹ ਨਹੀਂ ਆ ਲਈ ਜੀ, ਆਪਣਾ ਬਾਹਰ ਦਾ ਇੰਡਸਟਰੀ ਲਾ ਚੁੱਕੀ ਹੈ। ਦੇਖੋ ਅਸੀਂ 7.5 ਕਰੋੜ ਰੁਪਈਆ ਪੰਜਾਬ ਸਰਕਾਰ ਦੇ ਚੁੱਕੇ ਹਾਂ, ਕੁਛ ਨਹੀਂ ਡਾਈਂਗ ਲੈਣਾ, ਨਹੀਂ ਪਹੁੰਚ ਗਏ ਜੀ, ਪਹੁੰਚ ਗਏ। ਵੇਖੋ ਮੈਂ ਹੁਣੇ ਮੀਟਿੰਗ 'ਚ ਗਿਆ, 7.5 ਕਰੋੜ ਰੁਪਈਆ ਜਿਹੜਾ ਵਾਪਸ ਗਿਆ ਸੀ ਇਹਨਾਂ ਨੂੰ ਪਹੁੰਚ ਗਿਆ। ਅਸੀਂ ਹੋਰ ਵੀ ਟਰਾਈ ਕਰ ਰਹੇ ਹਾਂ ਕਿ ਇਹਨਾਂ ਨੂੰ ਹੋਰ ਵੀ ਪੈਸੇ ਦਿੱਤੇ ਜਾਣ, ਅਸੀਂ ਪੈਸਿਆਂ ਕੋਲੋਂ ਇਹਨਾਂ ਨੂੰ ਕਮੀ ਨਹੀਂ ਆਉਣ ਦਿਆਂਗੇ, ਪਰ ਸਿਸਟਮ ਆਪਣਾ ਠੀਕ ਕਰਨ ਸਾਰੇ। ਸੋ ਅਸੀਂ ਨਹੀਂ ਚਾਹੁੰਦੇ ਸਾਡੀ ਇੰਡਸਟਰੀ ਬੰਦ ਹੋਵੇ, ਪਰ ਨੌਰਮ ਆਪਣੇ ਪੂਰੇ ਕਰਨ। ਐਜੂਕੇਸ਼ਨ ਰਿਲੇਟਿਡ ਸਵਾਲ ਜੀ, ਜਿਹੜੀ ਪੰਜਾਬ ਐਜੂਕੇਸ਼ਨ ਬੋਰਡ ਦੀ ਕਿਤਾਬ ਸੀ ਇਤਿਹਾਸ ਦੀ, ਜਿਹੜੀ ਕਮੇਟੀ ਨੇ ਆਪਣੀ ਰਿਪੋਰਟ ਸੀ ਐਸ ਨੂੰ ਸੌਂਪ ਦੇਗੀ, ਔਰ ਜਿਹੜੀ ਖਾਮੀਆਂ ਪਾਈਆਂ ਗਈ ਜਿਹੜੀ ਵਿਪਕਸ਼ ਦਾ ਸੀ, ਉਹ ਖਾਮੀਆਂ ਸਾਰੀਆਂ ਪਾਈਆਂ ਰੱਦ ਕਰਨ ਦੀ ਸਿਫਾਰਿਸ਼ ਕੀਤੀ। ਅਜੇ ਮੇਰੇ ਨੋਟਸ 'ਚ ਨੀਗਾ ਇਹ ਰਿਪੋਰਟ, ਉਹਨਾਂ ਸੀ ਐਮ ਸਾਹਿਬ ਨੂੰ ਅਜੇ ਸਬਮਿਟ ਕੀਤੀ ਹੈ ਕਿ ਨਹੀਂ ਕੀਤੀ। ਅਜੇ ਮੈਨੂੰ ਲੱਗਦਾ ਵੀ ਰਿਪੋਰਟ ਜਿਹੜੀ ਆ ਮੈਂ ਕੱਲ੍ਹ ਅੰਮ੍ਰਿਤਸਰ ਸੀ, ਮੇਰੇ ਨੋਟਿਸ ਨਹੀਂ, ਮੈਂ ਪਤਾ ਕਰ ਲੈਂਦਾ।